ਬਾਬੇ ਦੀ ਜੈ ਕੱਲ ਸਾਡੇ ਬਾਬੇ ਦੀ ਜੈ ਕੱਲ ਸਾਡੇ ਬਾਬੇ ਦੀ ਜੈ ਬੈਠੋ ਕਾਕਾ ਬੈਠੋ ਚੱਪਣਾ ਨਹੀਂ ਨਹੀਂ ਵਾਰ ਸਮਝਣਾ ਤੂੰ ਬਾਹਰ ਦੂ ਵੀ ਤੀ ਵਾਰ ਅੱਜ ਬਾਬੇ ਦਾ ਬਾਬੇ ਜੀ ਮਹਿੰਗੀ ਹੋ ਗਈ ਮਹਿੰਗੀ ਹੋ ਗਈ ਬਾਬਾ ਜੀ ਰੁਪਈਆ ਦੇ ਦੋ ਦੇ ਕੇ ਜਾਓਗੇ ਤੁਹਾਨੂੰ ਬਾਬਾ ਜੀ ਬਾਹਰ ਜਾਣੇ ਭੋਲਾ ਪੰਛੀ ਹਾਂ ਕਾਕਾ ਪਿਛਲੀ ਵਾਰ ਤੇ ਆਇਆ ਫਰਕ ਤੈਨੂੰ ਬਾਬਾ ਜੀ ਬਹੁਤ ਫਰਕ ਹੈ ਫਿਰ ਤੁਸੀਂ ਕਾਹਨੂੰ ਆਏ ਇੱਥੇ ਕਾਕਾ ਬਾਬਾ ਜੀ ਇਹ ਮੰਡੇ ਦਾ ਕੰਮ ਨਹੀਂ ਬਣਦਾ ਗੜੀ ਗੜੀ ਤੈਨੂੰ ਬਾਹਰ ਕਰ ਲਾ ਕਦੀ ਕਿਤੇ ਮੇਰਾ ਕੰਮ ਬਣਾਣਾ ਖਾਣੇ ਦਾ ਤੇ ਕਾਕਾ ਫਰਕ ਹੈ ਤੇ ਪੈ ਗਿਆ ਜੀ ਫਿਰ ਤੁਸੀਂ ਵੀ ਕਾਹਨੂੰ ਆਏ ਇਹ ਮੁੰਡੇ ਦੇ ਕੋਲ ਇਹ ਬਾਬੇ ਦਾ ਮੁੰਡੇ ਦਾ ਬਹੁਤ ਦੁੱਖ ਹੈ ਇਹ ਮੁੰਡੇ ਦਾ ਗੱਲੇ ਤੇ ਨਹੀਂ ਆ ਹੁੰਦਾ ਸੀ ਨਹੀਂ ਨਹੀਂ ਬਾਬੇ ਸੰਗ ਦਾ ਸੱਤ ਸੰਗ ਦਾ ਝੂੰਡ ਘੜਾ ਖਿਆ ਲਿਆਣਾ ਤਾਂ ਸੰਗ ਦੱਸ ਉਹ ਬਾਬਾ ਜੀ ਉਹ ਕਹਿੰਦਾ ਮੈਂ ਪਾਣੀ ਦਾ ਬਾਤ ਬਾਬਾ ਜੀ ਕਰੋ ਕਿਰਪਾ ਹੁੰਦਾ ਸੋ ਬਾਬਾ ਜੀ ਕਿਰਪਾ ਬਾਹਰ ਜਾਣੇ ਦਾ ਕਿਰਪਾ ਸਿਰਫ ਨਿਰਮਲ ਬਾਬਾ ਦਾ ਦੱਸੀ ਉਪਾਏ ਦੱਸ ਦੇਗਾ ਸਭ ਉਪਾਏ ਬਾਬਾ ਜੀ ਦਾ ਉਪਾਏ ਦੱਸ ਦੋ ਉਪਾਏ ਦੱਸ ਦੋ ਕੰਡੇ ਲਾ ਕੇ ਜਾਵਾਂ ਮੁੰਡਾ ਓ ਬਾਬੇ ਦਾ ਦੋ ਬਾਬਾ ਮੇਰੇ ਤੋਂ ਪਹਿਲਾਂ ਕਿਹਦੇ ਕੋ ਜਾ ਕੇ ਬਾਬਾ ਜੀ ਕਹਿੰਦੇ ਗੋਲ ਗੱਪੇ ਚ ਪਾਣੀ ਪੀਓ ਗੋਲ ਗੱਪੇ ਚਾਰ ਬੰਦੇ ਹੋਰ ਨੇ ਖਲਾਏ ਚਟਣੀ ਕਿਹੜੀ ਪਾਈ ਸੀ ਬਾਬਾ ਜੀ ਮਿਕਸ ਹਰੀ ਗਿਆ ਨਾਲ ਲਾ ਲਿਆ ਛੋਲੇ ਵੀ ਕਹਿੰਦੇ ਦੱਬ ਗਏ ਬਾਬਾ ਜੀ ਇਹ ਕੌਣ ਹੈ ਇਹ ਮੇਰਾ ਭੋਲਾ ਹੈ ਇਹ ਮੇਰਾ ਪੰਛੀ ਹੈ ਪੰਛੀ ਦਾ ਮੰਨਿਆ ਬਾਬਾ ਜੀ ਉੱਡਣੇ ਵਾਲਾ ਇਹ ਭੋਲਾ ਰੱਥ ਹੈ ਭੋਲਾ ਪੰਛੀ ਅੱਛਾ ਬਾਬੇ ਠੀਕ ਹੈ ਦੱਸਣਾ ਵੀਡੀਓ ਬਣਾ ਕਰਦੀ ਰੱਥ ਬੜੇ ਸੋਹਣੇ ਬਾਬਾ ਜੀ ਕਿੱਥੇ ਦੇ ਹੱਥੇ ਇਹ ਤਾਂ ਥੋੜਾ ਠੀਕ ਹੈ ਕਿੱਧਰ ਬੇਰੰਗਾ ਦੱਸੋ ਬਾਬਾ ਜੀ ਪਾਓ ਦ੍ਰਿਸ਼ਟੀ ਮਾਰ ਦ੍ਰਿਸ਼ਟੀ ਮਾਰ ਬਾਬੇ ਨੂੰ ਆਵਾਜ਼ ਆਈ ਹਾਂਜੀ ਬਾਬਾ ਜੀ ਬਾਹਰਲਾ ਕੰਮ ਬਣਾਉਣਾ ਬੰਦੇ ਨੇ ਬਾਬੇ ਭੋਲਾ ਜ਼ਮੀਨ ਚੋਂ ਕੱਢਿਆ ਬਾਬਾ ਜੀ ਬਾਬਾ ਸਿੰਘ ਨਹੀਂ ਪੱਕਾ ਹੀ ਸੀਲ ਕਰੋ ਪੱਕੀ ਸੀਲ ਲਾ ਦੋ ਬਾਬਾ ਜੀ ਨਾਲੇ ਬਣੇ ਪਾਸਪੋਰਟ ਬਣਿਆ ਹਾਂਜੀ ਬਾਬਾ 2009 ਦਾ ਪਾਪੇ ਨੇ ਪਹਿਲੀ ਬਣਾਤਾ ਤਾ ਜੀ ਪਾਪੇ ਨੇ ਵੀ ਨਾਲ ਜਾਣਾ ਨਹੀਂ ਪਾਪੇ ਨੇ ਤੇ ਬੇਬੀ ਕੱਲੀ ਰਹਿੰਦੀ ਬੀਬੀ ਨੇ ਪਾਪੇ ਕੋਲ ਰਹਿਣਾ ਹਾਂਜੀ ਅੱਜ ਗੱਟੇ ਦਾ ਨਹੀਂ ਨਹੀਂ ਜੀ ਬੀਬੀ ਫਿਰ ਤੁਹਾਨੂੰ ਪਤਾ ਬੀਬੀ ਕੱਲੀ ਰਹਿੰਦੀ ਪਾਪਾ ਜਾਂਦਾ ਨਹੀਂ ਇਹਨਾਂ ਛੱਡ ਕੇ ਵਿਆਹ ਹੋ ਗਿਆ ਨਹੀਂ ਬਾਬਾ ਜੀ ਸਰ ਤਾਂ ਨਹੀਂ ਹੋਇਆ ਉਮਰ ਕਿੰਨੀ ਆ ਉਮਰ ਤਾਂ ਬਾਬਾ ਜੀ 32-33 ਸਾਲਾਂ ਦੇ ਹੋ ਗਏ ਤਾਂ ਇਹ ਕਰਾ ਕੇ ਜਾਈ ਅੱਛਾ ਜੀ ਬਾਈ ਬਾਬਾ ਜੀ ਹੁਣ ਦੱਸੋ ਆਵੇ ਦੱਸੋ ਹੁਣ ਕਿੱਥੇ ਮਿਲੂਗੀ ਉਮਰ ਹੈ ਹੀ ਕੋਈ ਵਿਆਹ ਵਾਲੀ ਥੋੜੀ ਬੋਲਿਆ ਹਾਂਜੀ ਬਾਬਾ ਜੀ ਉਹ ਪੂਤੀ ਦਾ ਰਲਾ ਕੇ ਉਹ ਠੀਕ ਹੈ ਬਾਬਾ ਜੀ ਜੇ ਬਾਬਾ ਪਾਣੀ ਖੜਿਆ ਹੋਵੇ ਫਿਰ ਤੇ ਆ ਵੀਰ ਜੀ ਜੇ ਚਾਹ ਕੱਢ ਗਣਾ ਵਿੱਚ ਠੀਕ ਹੈ ਬਾਬਾ ਜੀ ਅੱਛਾ ਜੇ ਬਾਬਾ ਵੀ ਡੁੱਬ ਗਿਆ ਸੁਣ ਮੈਨੂੰ ਆਵਾਜ਼ ਆਇਆ ਕਰਦੀ ਹਾਂਜੀ ਬਾਬਾ ਜੀ ਨਿਰਮਲ ਬਾਬਾ ਔਖੇ ਚ ਹੈ ਮੈਂ ਉਹਨੂੰ ਲੈ ਕੇ ਆਇਆ ਠੀਕ ਹੈ ਅਰੇ ਮੈਂ ਬੰਦ ਬਾਬਾ ਜੀ ਕਿੱਧਰ ਗਏ ਇੱਧਰ ਹੀ ਆ ਬਾਬਾ ਜੀ ਬਾਬਾ ਜੀ ਦੂਏ ਬਾਬਾ ਜੀ ਕਿਉਂ ਗਏ ਉਹ ਪਾਏ ਲੈ ਕੇ ਆਣ ਕੇ ਰਟੋ ਪਾਏ ਠੀਕ ਠੀਕ ਹੈ ਛੋਟਾ ਕੰਮ ਹੋ ਕੇ ਜਾਊਗਾ ਬੱਚਾ ਮੈਂ ਵੇਟ ਕਰਨੀ ਬਾਬਾ ਜੀ ਫਿਰ ਵੇਟ ਮੈਂ ਕਹਿੰਦਾ ਵੇਟ ਕਰਨ ਦੀ ਲੋੜ ਹੀ ਨਹੀਂ ਹੈ ਜੀ ਬਾਬਾ ਜੀ ਬਾਬਾ ਜੀ ਬਾਬਾ ਜੀ ਦੇਖੋ ਬਾਬਾ ਜੀ ਕਦੋਂ ਬਾਬਾ ਜੀ ਕਦੋਂ ਆਏ ਬਾਬਾ ਜੀ ਪ੍ਰਮਾਣ ਕੋ ਮਕਾਏ ਨਹੀਂ ਪ੍ਰਮਾਣ ਬਾਬਾ ਜੀ ਦ੍ਰਿਸ਼ਟੀ ਦੇ ਗਏ ਤਾਂ ਪ੍ਰਮਾਣ ਕੋ ਮਕਾਏ ਨੇ ਬਾਬੇ ਖਰਚਾ ਘੱਟ ਹੋਇਆ ਵਾਧੀ ਹੋਇਆ ਪੈਦਾ ਸਾਲਿਆ ਖਰਚਾ ਬਾਬੇ ਦੇ ਪੁੱਛੀ ਦਾ ਉਹ ਨਹੀਂ ਵੀ ਬਾਬਾ ਦੇਣਾ ਹੀ ਪੈਣਾ ਜੀ ਬਾਬਾ ਚਮਤਕਾਰ ਹੋ ਗਏ ਨਵਾਂ ਤੜੇ ਜਾ ਜਾ ਬਸਲੇ ਦੀ ਬਾਣੀ ਦਾ ਖਰਚਾ ਬਾਬਾ ਜੀ ਹੋਰ ਰੱਖੋ ਜੀ ਤੂੰ ਇਹ ਬਹੁਤ ਤੇਰੇ ਬਾਰੇ ਹੀ ਪੁੱਛ ਕੇ ਆਇਆ ਕਿੱਥੇ ਜਾਣਾ ਪੈ ਤੇਰੀ ਬਾਬਾ ਜੀ ਵੈਸੇ ਵੀ ਘੁੰਮ ਕੇ ਆਇਆ ਮੈਂ ਹੁਣ 2 ਮਿੰਟ ਵਾਸਤੇ ਗਿਆ ਸੀ ਵੈਸੇ ਵੀ ਘੁੰਮ ਕੇ ਆਇਆ ਕੀ ਕਹਿੰਦੇ ਵੈਸੀ ਵਾਲੇ ਦ੍ਰਿਸ਼ਟੀ ਪਾਓ ਜੀ ਵੈਸੀ ਵਾਲੇ ਕਹਿੰਦੇ ਪਾਪਾ ਨਾਲ ਆਊਗਾ ਤੇਰੇ ਤੇਰੇ ਪਾਪੇ ਦਾ ਬੀਬੀ ਦਾ ਨਾਲ ਲੱਗੂ ਬੀਬੀ ਰੁੜ ਗਈ ਬੀਬੀ ਖੇਤੀ ਕਰੂੰਗੀ ਤੇਰੀ ਮਾਰਾ ਬੀਬੀ ਤਾਂ ਕਹਿੰਦੀ ਮੈਂ ਨਾ ਉਹ ਕਹਿੰਦੀ ਜਾਣਾ ਬੀਬੀ ਦਾ ਬਣਾਓ ਪਾਸਪੋਰਟ ਉਹ ਹੁਣ ਉਮਰੇ ਬਾਬਾ ਜੀ ਬੀਬੀ ਨੂੰ ਪੇ ਜਾਣਗੇ ਮੁੰਡਾ ਵੇ ਜਦੀ
ਤੁਸੀਂ ਪੋਲਿਓ ਹਵਾ ਚੋਂ ਹੋ ਗਈ ਉਹ ਬਾਬਾ ਜੀ ਦੱਸੋ ਪਾਏ ਉਹ ਕਿਆ ਹੋ ਗਿਆ ਬਾਬਾ ਜੀ ਨੂੰ ਕੀ ਦੇ ਦੋ ਰੋ ਕੀ ਦੇ ਦੋ ਤੁਸੀਂ ਵੀ ਹਵਾ ਮੈਨੂੰ ਨਹੀਂ ਆਏ ਬਾਬਾ ਜੀ ਆਪਣੀ ਆ ਰਹੇ ਸੀ ਬਾਬਾ ਜੀ ਠੀਕ ਹੈ ਬਾਬਾ ਜੀ ਸਾਨੂੰ ਲੱਗੇ ਬਾਬਾ ਜੀ ਜੋ ਮਿੱਟੀ ਦੋ ਰੋ ਪੈ ਗਈ ਤੁਹਾਡੇ ਦੱਸੇਗਾ ਤੇ ਭੋਲੇ ਪੰਛੀ ਜੀ ਬਾਬੇ ਨੂੰ ਈਮੇਲ ਆਇਆ ਕਾਕਾ ਬਾਬੇ ਨੇ ਈਮੇਲ ਆਇਆ ਉਹ ਤੇ ਗਲਤ ਨਹੀਂ ਗਲਤ ਬਾਬੇ ਨੇ ਕੀ ਕਰਨਾ ਬਾਬੇ ਨੇ ਵੀ ਬਾਬੇ ਨੇ ਹੋ ਸਕਦੇ ਆ